ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਜੇ ਉਹਨਾਂ ਦੀ ਡੈਥ ਹੋ ਗਈ ਆ ਤਾਂ ਉਸ ਚੀਜ਼ ਲਈ ਮੈਨੂੰ ਜ਼ਿੰਮੇਵਾਰ ਮੰਨਣਾ ਚਾਹੀਦਾ ਆ ਤੇ ਸਾਰੇ ਇਲਜ਼ਾਮ ਸਾਰਾ ਕੁਝ ਉਹਨਾਂ ਨੇ ਮੇਰੇ ਤੇ ਸੁੱਟਤਾ ਆ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਹਾਂ ਸਾਡਾ ਮੁੰਡਾ ਵੀ ਇੱਦਾਂ ਕਰਦਾ ਸੀਗਾ ਜਾਂ ਸਾਨੂੰ ਵੀ ਪਹਿਲਾਂ ਪਤਾ ਸੀਗਾ। ਮੇਰੇ ਪਰਿਵਾਰ ਤੇ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਨੇ ਵੀਜ਼ੇ ਲਵਾ ਲਏ ਆ, ਕਿਤੇ ਵੀ ਪ੍ਰੂਫ ਕਰ ਦੇਣ ਕਿ ਹਾਂ ਮੇਰੇ ਪਰਿਵਾਰ ਨੂੰ ਮੈਂ ਪੈਸੇ ਭੇਜਦੀ ਸੀ, ਉਹਨਾਂ ਨੇ ਏਡਾ ਘਰ ਪਾ ਲਿਆ ਆ, ਜਾਂ ਮੈਂ ਉਹਨਾਂ ਨੇ ਵੀ ਵੀਜ਼ੇ ਲਵਾ ਲਏ ਨੇ, ਜਾਂ ਮੈਂ ਉਹਨਾਂ ਦਾ ਫਾਈਲ ਨਹੀਂ ਲਵਾਉਣਾ ਚਾਹੁੰਦੀ ਸੀਗੀ, ਜਾਂ ਕੋਈ ਵੀ ਡਾਕੂਮੈਂਟ ਏਦਾਂ ਦਾ ਦਿਖਾ